ਮੇਰ ਮਰਿਆਦ ਰੱਖਣਾ ਦੁੱਖ ਤਕਲੀਫ ਰਹੇ ਨੇ
ਤੇ ਇਸ ਵੇਲੇ ਧੁਰਗੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਰਾਏ ਨੇ ਸਤਿਗੁਰੂ ਜੀਓ ਜੀ ਧਨਾਸਰੀ ਮਹਲਾ ਚੌਥਾ ਅਮਰ ਅੰਦੁਲੇ ਅੰਧ ਬਿਖਰੇ ਬਿਖਰਾਤੇ ਕਿਉਂ ਚਾਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਹਮ ਅੰਧੁਲੇ ਅੰਧ ਬਿਖਰੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਅਮਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਰ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸਿਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੜੇ ਹਰ ਨਾਲੀ ਜਿਨ੍ਹਾਂ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਖੇਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਲਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਵਿਸ਼ਵੀ ਰੂਪ ਬੀਬੀ ਕੁਲਵਿੰਦਰ ਕੌਰ ਜੀ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹਾਂ। ਬੀਬੀ ਕੁਲਵਿੰਦਰ ਕੌਰ ਜੀ 2 ਅਪ੍ਰੈਲ ਨੂੰ ਇਹ ਦੁਨੀਆ ਇਹ ਸੰਸਾਰ ਜੋ ਇੱਕ ਗੁਰੂ ਸਾਹਿਬ ਨੇ ਵੀ ਦੱਸਿਆ ਇਹ ਸੰਸਾਰ ਸਾਜਿਆ ਪਰ ਇਹ ਸਭ ਕਹਿਣ ਹਾਲ ਗੁਰਬਾਣੀ ਦੀ ਵੋਟ ਹੈ। ਮੈਂ ਸਾਰੇ ਰਿਸ਼ਤੇਦਾਰਾਂ ਦਾ ਤੇ ਦੋਸਤ ਮਿੱਤਰਾਂ ਦਾ ਨਗਰ ਨਿਵਾਸੀਆਂ ਦਾ ਸਭ ਦਾ ਧੰਨਵਾਦ ਕਰਦਾ ਜੋ ਕਿ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਰਧਾਂਜਲੀ ਭੇਟ ਤੱਕ ਵੀ ਪਹੁੰਚੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁੱਤੇ ਨੂੰ ਠਾਇਓ ਮਾੜਾ ਜਿਹਾ।
संसार शब्द रूपी श्रद्धांजलि आओ कीर्तन होएगा। सबनों बेनती है कि आके दरबार सज्जन की कृपालता करो ता जो श्री संग सखा सब कद गए को नान ब्यो साथ नानक ए विपत में टीक एक रघुनाथ साथ ना चले बिन बदल बिखिया सगली नानक धन सांडा उपबंधन कुमार सर्व कला समरथ दोलन तेरा को प्रभु अनंत गुण निगार गरीब निवास गरीब निवास गरीब निवास यहाँ खाक चलो हर आगे बस सुनो मेरे मित्र।
Oh,
Thank you.
जगत में झूठी देखी प्रीत। जगत में झूठी देखी प्रीत।
Yeah.
नाम राम को मन में दुख ताप विचार
स्वामी सो क्यों मनो विचार मैं साची साली बात क्या नहीं करती करता तेरे सब किस है जिस देश पा सदा सुख सदा तेरी नाम मनुषा नाम जिनके मन से आवा के शब्द कहे ਤੇਗ ਬਹਾਦਰ ਸਿਮਰਿਆ ਕਰਨੋ ਨਿਤਿਆ ਵੇ ਧਾਰੇ ਸਭ ਥਾਈ ਹੋਏ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਗ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਣਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਵ ਚੜਾਈ ਤੇਗ ਬਾਈ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰ ਦੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਵਿੱਚ ਚਿੱਤਾ ਵੰਗਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਖ ਦੇਖ ਪਤੇ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਚੋਕੀਆਂ ਝੱਲੇ ਮੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਵੰਦੀ ਵਾਂ ਮਤ ਉੱਚੀ ਮਤ ਪਤ ਦਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਫੇ ਨਿਮਾਣੀਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਮੁਬਾਰਕ ਚਰਨ ਛੋ ਸਥਾਨ
गुरुद्वारा साहिब पातशाही दसवीं विखे तख्त साहिब के सुभायमान जुगो जुग अटल सतगुरु श्री गुरु ग्रंथ साहिब सच्चे पातशाह जी आप जी के मुबारक चरणा विखे अरदास बेनती है। दर कर दे प्रीतवान सेवक बीबी कुलविंदर कौर सुपत्नी सरदार गुरबीर सिंह सतगुरु सच्चे पातशाह जी आप जी के मुबारक बचन ने जे हाजीरी लिखिया तेहा हुक्म कमाए कले आवे नानका सत्य उठ जाए। सो बीबी कुलविंदर कौर जिन्नी श्वासा की पूंजी लेके आए सन वह पूंजी भोगते हुए हमेशा हमेशा इस फानी संसार तो कूच कर गए ने। आप जी के चरणा च पहुंचे विराजे ने सतगुरु जी ओ उन्होंने आत्मिक शांति निमित्त भाई गुरमीत सिंह के समूह परिवार साथ संबंधी रिश्तेदार ने आसरे लए ने ते इस वेले तुरकी बाणी आई ते सगली चिंत मिटाई दे अमृत बाणी दे शब्द कीर्तन कराए ने सतगुरु जीओ। पईआं गलतियां बेदनियां भुल चुक बख्शन पिता बख्श देना भाव फल पढ़दियां सुनदियां दे हिरदे विच बसाउणा सतगुरु सच्चे पातशाह बीबी कुलविंदर कौर नूं अपने चरणां विच निवास बख्श करना स्थाई सतगुरु सच्चे पातशाह जी विच परिवार साख संबंधी रिश्तेदारां नूं पाणा मनुंदा बख्श करना मेल मर्याद रखना दुख तकलीफ नाश करने कारज रास करने गुरसिखी जीवन चढ़ती कला नाम की दात बख्श के प्रतारण करना शरीरक पक्षों तंदुरुस्ती बख्श करना देश परदेश लोक प्रलोक साहि होना मुख उज्जले करने कृपा निधान सतगुरु इस वक्त गुरमुख परिवार साख संबंधी साध संगत ने कीर्तन भेटा आप जी की दसनी भेटावान हाजिर कीतिया ने सब दिया भेटावान मंजूर करना सब दे काल कंटक दूर करना वाहिगुरु जी का खालसा वाहिगुरु जी की फतेह। लगा कित को फकड़े सब मुख दी चली रैन गवाई सोए गए दिवस बाला जियो ना जाना क्या कर सी पियो रैन गई मत दिन पी जाए ओ साहिब जी सतगुरु
हर मानो हर हर कथा निराली राव हर के संत सुनो जन पाई गुरु सिबियो बेग बेगाली सतगुर सेव खर्च हर पांधो मत जानो आज के काली हर के संत जपो हर जपना हर संत चढ़े हर नाली जिन हर जपया से हर होए हर मिलिया केल केलाली हर हर जपन जप लोच लोचानी हर कृपा कर बनवाली जन नानक संगत साध हर मिलो हम साध जना पगलाली हर हर जपन जप लोच लोचानी हर कृपा कर बनवाली जन नानक संगत साध हर मेलो हम साध जना पगलाली वाहेगुरु जी का खालसा वाहेगुरु जी की फतेह सो गुरु साध संगत जी अपा सारे बीबी कुलविंदर कौर को श्रद्धांजलि भेंट करने वास्ते गुरु साहिब के चरणों च पहुंचे हाँ सब नूं जी आया आख्या जाता है जो सतगुरु ने वचन कीते ने आप पूरी शब्द विचार नहीं कर सकते हैं पर एक गल तां पक्की है गुरु साहिब जी जो आखते ने कि हम अंधले अंदर विखे विख राते क्यों चाले गुर चाली कि असी वेख के भी कुछ नहीं देखते हैं क्योंकि गुरु साहिब जो वचन करते ने कि हम अंधले अंध महाराज कहते नैनो वेखते इहो जग जाई अपा अखां राहीं देख रहे हैं ये संसार जड़ा बारी बारी करके जा रहे हैं महाराज ने गल मुकाई है महाराज कहते कि अपना छोटे शब्दों से थोड़ी विचार से गल करिए महाराज कहते जो दिसै सो सगल विनाशै ज्यों बादल की छाई जो दीदा है वो नाशवान है ते जड़ा दीदा नहीं नाशवान ने ते दो चीजा जड़ी ने निर्गुण ते सरगुण वो नाशवान तो रहे वो दो चीजा कौन ने गुरु साहिब ने गुरु ग्रंथ साहिब महाराज ने आप ही दसिया है नाम रहो साधु रहो रहो गुरु गोबिंद नाम गुरु का परमात्मा का वो कभी नहीं मरता ते साधु गुरु ग्रंथ साहिब इस तो वड्डा कोई दुनिया से साधु नहीं है साधु गुरु ग्रंथ साहिब है गुरु प्यारे साध संगत जी हो जेकर कोई पुछता भी है ना तुहानू भी तुहाडा गुरु कौन है ते तुसीं दसना कि आदि श्री गुरु ग्रंथ साहिब आद शब्द क्यों लगे है महाराज ने दसता है जपजी साहब क्योंकि ये जुगो जुगा गल है आप पढ़ते भी है ते गुरबाणी के विच भी गुरु साहब ने यह लिखा हुआ चौ युग में अमृत साची बाणी केवल इस युग के विच नहीं चौ युग विच सो नाम रहो साधु रहो रहो गुरु गोबिंद परमात्मा का नाम ते गुरु ग्रंथ साहिब की गुरबाणी ये अटल है बाकी सब नाश
सो जिन्नी की संगत रिश्तेदार साथ संबंधी इतने पहुंचे ने गुरु साहिब के चरणा च उन्हां दा जी आया ते धन्नवाद कीता जांदा है। हुण बहुत ही साडे नगर दे हरमन प्यारे मास्टर सुखविंदर सिंह जो बहुत ही समाजिक प्रतिष्ठित बंदे ने उन्होंने कुछ विचार करने ने ते सारियां दा जी आया ते धन्नवाद करना है। मास्टर सुखविंदर सिंह जी ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਵਿਸ਼ਵੀ ਰੂਪ ਬੀਬੀ ਕੁਲਵਿੰਦਰ ਕੌਰ ਜੀ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਆਪਾਂ ਅੰਤਮ ਅਰਦਾਸ ਵਿੱਚ ਸਾਰੇ ਸ਼ਾਮਲ ਹੋਏ ਹਾਂ। ਬੀਬੀ ਕੁਲਵਿੰਦਰ ਕੌਰ ਜੀ 2 ਅਪ੍ਰੈਲ ਨੂੰ ਇਹ ਦੁਨੀਆ ਇਹ ਸੰਸਾਰ ਤੋਂ ਜੋ ਇਹ ਗੁਰੂ ਸਾਹਿਬ ਨੇ ਵੀ ਦੱਸਿਆ ਇਹ ਸੰਸਾਰ ਸਾਜਿਆ ਪਰ ਇਹ ਸਭ ਚੱਲਣ ਹਾਰ ਇੱਥੇ ਕਿਸੇ ਨੇ ਰਹਿਣਾ ਨਹੀਂ ਸਭ ਨੇ ਵਾਰੀ ਵਾਰੀ ਇਹ ਸੰਸਾਰ ਛੱਡ ਜਾਣਾ। ਇੱਕ ਮੈਂ ਤੂੰ ਦਾ ਆਪਣੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿਹੜਾ ਆਪਾਂ ਇੱਥੇ ਜ਼ਿਆਦਾ ਕਰਦੇ ਹਾਂ। ਇਹਨਾਂ ਦੇ ਪ੍ਰਵਾਣੀ ਤੇ ਜਿਹੜਾ ਲੜਦਾ ਹੈਗਾ ਉਹਨੂੰ ਆਪਣੇ ਜੀਵਨ ਦਾ ਸਭ ਪਤਾ ਲੱਗ ਜਾਂਦਾ ਕਿੰਨਾ ਕੁ ਜਿਉਣ ਦਾ ਸੱਚ ਆ ਕਿੰਨਾ ਕੁ ਝੂਠਾ। ਕਿਉਂਕਿ ਆਪਾਂ ਜਦੋਂ ਜਨਮ ਲੈਂਦੇ ਹਾਂ ਉਸ ਸਮੇਂ ਪਰਮਾਤਮਾ ਆਪਾਂ ਨੂੰ ਦੇਖ ਕੇ ਭੇਜਦਾ ਜਨਮਣਾ ਤੇ ਜਨਮਦਾ ਤੇ ਮਰਨਾ, ਮਰਨਾ ਸੱਚ ਜਿਉਣਾ ਝੂਠ। ਸੋ ਸਮਾਂ ਆਇਆ ਬੀਬੀ ਕੁਲਵਿੰਦਰ ਕੌਰ ਜੀ ਜੋ ਕਿ ਸਰਦਾਰ ਨਗਰ ਵਿੱਚ ਇਹਨਾਂ ਦਾ ਜਨਮ ਸਰਦਾਰ ਰਾਜਾ ਸਿੰਘ ਜੀ ਦੇ ਘਰ ਜਲੰਧਰ ਵਿਖੇ ਹੋਇਆ ਸੀ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਫੌਜਦਾਰ ਸੀ ਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਇਹਨਾਂ ਦਾ ਬੂਤ ਧਾਲੀਵਾਲ ਸੀ। ਇਹਨਾਂ ਦਾ ਜਨਮ ਅਸਲ 1963 ਦਾ ਉਹਨਾਂ ਦੇ ਬ੍ਰਦਰ ਸਰਦਾਰ ਮਾਸਟਰ ਅਵਤਾਰ ਸਿੰਘ ਜੀ ਤੇ ਦੂਜੇ ਬ੍ਰਦਰ ਨੇ ਮੈਨੂੰ ਅਸਲ ਦੱਸਿਆ ਕਿ ਇਹਨਾਂ ਦਾ ਜਨਮ ਅਸਲ 1963 ਵਿੱਚ ਹੋਇਆ ਸੀ ਤੇ ਇਹਨਾਂ ਦਾ ਵਿਆਹ 1999 ਦੇ ਵਿੱਚ ਸਾਡੇ ਨਗਰ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਨਾਲ ਹੋਇਆ ਤੇ ਇਹਨਾਂ ਦੇ 2 ਬੀਬੀਆਂ ਤੇ 1 ਲੜਕਾ ਬੜਾ ਵਧੀਆ ਪਰਿਵਾਰ ਆਪਦਾ ਜੀਵਨ ਬਤੀਤ ਕਰ ਰਿਹਾ ਸੀ। ਪਰ ਅਚਾਨਕ ਬੀਬੀ ਜੀ ਬੜੇ ਹੀ ਮਿੱਠੇ ਸੁਭਾਅ ਦੇ ਸੀ। ਮੈਨੂੰ ਪਤਾ ਜਦੋਂ ਮੈਂ ਸਕੂਲ ਵਿੱਚ ਪੜ੍ਹਾਉਂਦਾ ਸੀ ਤਾਂ ਬੱਚੇ ਮੇਰੇ ਕੋਲ ਪੜ੍ਹਦੀਆਂ ਸੀ ਇਹ ਉਹਨਾਂ ਕੋਲ ਗੁਰਮੀਤ ਸਿੰਘ ਫੌਜ ਵਿੱਚ ਸੀ ਇਹ ਮਗਰ ਆਉਂਦੇ ਸੀ ਤੇ ਬੱਚੀਆਂ ਨੂੰ ਮਿਲ ਕੇ ਜਾਂਦੇ ਸੀ ਪੁੱਛ ਕੇ ਜਾਂਦੇ ਸੀ ਉਹਨਾਂ ਦੀ ਪੜ੍ਹਾਈ ਬਾਰੇ ਬਹੁਤ ਹੀ ਮਿੱਠੇ ਸੁਭਾਅ ਦੇ ਸੀ। ਪਰ ਅਚਾਨਕ ਕੀ ਪਤਾ ਸੀ ਕਿ ਇਹ ਛੋਟੀ ਉਮਰ ਦੇ ਵਿੱਚ ਹੀ ਇਹ ਦੁਨੀਆਂ ਨੂੰ ਅਲਵਿਦਾ ਕਹਿ ਜਾਣਗੇ ਕਿਉਂਕਿ ਇੱਕ ਅਜਿਹੀ ਬਿਮਾਰੀ ਨੇ ਉਹਨਾਂ ਨੂੰ ਘੇਰਿਆ ਜੋ ਕਿ ਨਾ ਇਲਾਜ ਸੀ। ਬਹੁਤ ਉਹੜ ਪੁਹੜ ਕੀਤਾ ਪਰ ਅਖੀਰੀ ਜੋ ਪਰਿਵਾਰ ਨੂੰ ਉਹ ਅੰਤ ਪਛੋੜਾ ਸਾਰੇ ਰਿਸ਼ਤੇਦਾਰਾਂ ਨੂੰ ਦੋਸਤ ਮਿੱਤਰਾਂ ਨੂੰ ਸਭ ਨੂੰ ਪਛੋੜਾ ਦੇ ਗਏ। ਸੋ ਅੱਜ ਆਪਣਾ ਫਰਜ਼ ਬਣਦਾ ਕਿ ਆਪਾਂ ਇਹ ਪਵਿੱਤਰ ਗੁਰਬਾਣੀ ਦੇ ਲੜ ਲੱਗ ਕੇ ਆਪਾਂ ਆਪਣਾ ਜੀਵਨ ਨਿਰਵਾਹ ਕਰੀਏ ਕਿਉਂ ਓਟ ਲਈਏ ਕਿਉਂ ਠੀਕ ਆ ਉਹਨਾਂ ਨੇ ਜਾਣਾ ਸੀ ਚਲੇ ਗਏ ਮਗਰ ਹੁਣ ਫਰਜ਼ ਆਪਣਾ ਬਣਦਾ ਪਰਿਵਾਰ ਨੂੰ ਸੰਭਾਲਣ ਦਾ ਜ਼ਿੰਮੇਵਾਰੀ ਗੁਰਮੀਤ ਸਿੰਘ ਸਰ ਕਿਉਂਕਿ ਆਪਣੇ ਬੱਚੇ ਉਹਦੇ ਜੇ ਕੁਆਰੇ ਨੇ ਪੜਾ ਉਹਨਾਂ ਨੂੰ ਵਿਆਹਣਾ ਵਾ ਕਰਨਾ ਜੇਕਰ ਉਹ ਹੌਸਲਾ ਰੱਖਣਗੇ ਤਾਂ ਹੀ ਉਹ ਬੱਚਿਆਂ ਦਾ ਰਾਹ ਆਸਣ ਨਿਰਵਾਸ ਪਾਲਣ ਪੋਸਣ ਕਰ ਸਕਣਗੇ। ਇੱਕ ਬੀਬੀ ਕਨੇਡਾ ਚਲੀ ਗਈ ਸੀ ਬੜੀ ਘਰ ਵਿੱਚ ਸੁੱਖ ਸ਼ਾਂਤੀ ਸੀ ਪਰ ਕੀ ਪਤਾ ਸੀ ਵੀ ਇੱਕ ਦਿਨ ਇੱਥੇ ਘਰ ਵਿੱਚ ਇੱਕ ਜੀ ਨੇ ਇਹਨਾਂ ਵਿੱਚੋਂ ਚਲੇ ਜਾਣਾ ਜੋ ਕਿ ਘਰ ਦੇ ਮੁਖੀ ਨੇ ਜਿਨ੍ਹਾਂ ਨੇ ਜਨਮ ਦਿੱਤਾ ਬੱਚਿਆਂ ਨੂੰ ਤੇ ਮਾਤਾ ਬਿਨਾਂ ਬੱਚਿਆਂ ਦੀ ਜ਼ਿੰਦਗੀ ਕੁਝ ਅਧੂਰੀ ਹੁੰਦੀ ਆ ਕਿਉਂਕਿ ਇਹ ਜਿਹੜੀ ਮਾਤਾ ਦੀ ਜ਼ਿੰਦਗੀ ਆ ਨਾ ਬੱਚਿਆਂ ਨੂੰ ਸਾਰੀ ਉਮਰ ਹੀ ਯਾਦ ਰਹਿੰਦੀ ਹੈ। ਜਦੋਂ ਵੀ ਇਹ ਕਾਰਜ ਕਰਨਗੇ ਵੀਰ ਤੱਕ ਇਹ ਯਾਦ ਰਹਿੰਦਾ ਪਰ ਲੇਕਿਨ ਪਵਿੱਤਰ ਗੁਰਬਾਣੀ ਦੇ ਲੜ ਤੱਕ ਕਿਉਂਕਿ ਜਦੋਂ ਆਪਾਂ ਘਰੇ ਸਹਿਜ ਪਾਠ ਆਰੰਭ ਕਰਾਉਂਦੇ ਹਾਂ ਇਸੇ ਕਰਕੇ ਕਰਾਏ ਜਾਂਦੇ ਨੇ ਤਾਂ ਕਿ ਆਪਾਂ ਪਵਿੱਤਰ ਗੁਰਬਾਣੀ ਦੀ ਓਟ ਲਈਏ ਤੇ ਆਪਣਾ ਦਿਲ ਮਜ਼ਬੂਤ ਕਰੀਏ ਤਕੜਾ ਕਰੀਏ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਅੱਗੇ ਨਿਰਵਾਹ ਕਰੀਏ। ਮੈਂ ਹੁਣ ਇਹੀ ਬੇਨਤੀ ਕਰੂੰਗਾ ਕਿ ਕੁਲਵੰਤ ਸਿੰਘ ਉਹਨਾਂ ਦੇ ਭਰਾ ਨੇ ਸਰਦਾਰ ਗੁਰਮੀਤ ਸਿੰਘ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਸਹੀ ਢੰਗ ਨਾਲ ਗੁਰਬਾਣੀ ਦੀ ਓਟ ਹੈ। ਮੈਂ ਸਾਰੇ ਰਿਸ਼ਤੇਦਾਰਾਂ ਦਾ ਤੇ ਦੋਸਤ ਮਿੱਤਰਾਂ ਦਾ ਨਗਰ ਨਿਵਾਸੀਆਂ ਦਾ ਸਭ ਦਾ ਧੰਨਵਾਦ ਕਰਦਾ ਜੋ ਕਿ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਰਧਾਂਜਲੀ ਭੇਟ ਤੱਕ ਵੀ ਪਹੁੰਚੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।